ਇਫਤਾਰ ਦੇ ਵਕਤ ਕੋਈ ਦੁਆ ਰਹਿੰਦਾ ਨਹੀਂ, ਦਿਨ ਪੂਰੇ ਦੁਆਵਾਂ ਤੁਸੀਂ ਕਰ ਸਕਦੇ। ਅਲਬੱਤਾ ਇਫਤਾਰ ਲਈ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਕਿਹਾ, ਜਿਹਨੂੰ ਇਬਨ ਹਜ਼ਮ ਤੇ ਆਉਂਦੇ ਫਰਜ਼ ਹੀ, ਉਹ ਆਉਂਦੇ ਇਹਦੇ ਉਲਟ ਕਰੋਗੇ ਤੁਹਾਡਾ ਰੋਜ਼ਾ ਹੀ ਖਰਾਬ ਹੋ ਜਾਣਾ। ਪਹਿਲਾਂ ਖਜੂਰ ਤਲਾਸ਼ ਕਰੋ, ਤਾਜ਼ਾ ਨਹੀਂ ਮਿਲਦੀ ਤਾਂ ਛੁਹਾਰਾ ਅਤੇ ਨਹੀਂ ਤਾਂ ਪਾਣੀ, ਇਹਦੋਂ ਬਾਅਦ ਜੋ ਮਰਜ਼ੀ ਖਾਂਦੇ। ਫਿਰ ਇਹ ਤਿੰਨ ਤਰਤੀਬ ਨਾਲ ਨਬੀ ਅਲੈਹਿ ਸਲਾਮ ਦੱਸਿਆ ਕਿ ਖਜੂਰ, ਉਸ ਤੋਂ ਬਾਅਦ ਖੁਸ਼ਕ, ਪਹਿਲਾਂ ਮਾਂ ਵਰਨਾ ਪਾਣੀ। ਇਹ ਮਾਂ ਬਿਬਨੇ ਵਰਮਾ ਇੱਦਾਂ ਖੋਰ ਵਰਨਾ ਤੇਰਾ ਕੀਤਾ ਕਿਰਾਇਆ ਬਰਬਾਦ ਹੋਣਾ, ਹਜ਼ੂਰ ਦਾ ਹੁਕਮ ਹੈ। ਨਹੀਂ ਲੱਭਾ ਕੋਈ ਤਾਂ ਪਾਣੀ ਘੁੱਟ ਪੀ ਲਾ, ਬਾਅਦ ਫਿਰ ਜੋ ਮਰਜ਼ੀ ਖਾਂਦਾ। ਫਿਰ ਤਾਂ ਰਸੂਲ ਕਰੀਮ ਅਲੈਹਿ ਸਲਾਤ ਵਸਲਾਮ ਨੇ ਜੋ ਇਸ ਮੌਕਾ 'ਤੇ ਦੁਆਵਾਂ ਕੀਤੀਆਂ, ਉਹਨਾਂ 'ਚੋਂ ਕੋਈ ਦੁਆ ਰੋਜ਼ਾ ਖੋਲ੍ਹਣ ਲੱਗਿਆ ਨਹੀਂ ਕੀਤੀ। ਖੋਲ੍ਹ ਕੇ ਜਦੋਂ ਖਾ ਪੀ ਲਿਆ, ਉਸੇ ਪੜਿਆ ਅੱਲਾਹ ਮਲਕਾ ਸੁਮ ਤੋਂ ਵਾਲਾ ਰਿਜ਼ਕੇ ਕਾਫਤਰ ਤੋਂ। ਇਹਦੇ ਅੰਦਰ ਵੀ ਕੁਛ ਲੋਕਾਂ ਨੇ ਅਲੈ ਬੇਕਾ ਮਨ ਤੋਂ ਵਾਲਾ ਕਰ ਪੱਕਲ ਤੋਂ ਵਾਲ ਲਿਆ, ਨਹੀਂ ਬਿਲਕੁਲ ਇੰਨਾ ਹੀ ਹੈ। ਅੱਲਾਹ ਮਲਕਾ ਸੁਮ ਤੋਂ, ਅੱਲਾਹ ਤੇਰੇ ਖੁਸ਼ ਕਰਨ ਵਾਸਤੇ ਮੈਂ ਰੋਜ਼ਾ ਰੱਖਿਆ ਸੀ, ਵਾਲਾ ਰਿਜ਼ਕੇ ਕਾਫਤਰ ਤੋਂ, ਜਿਹੜਾ ਖੋਲ੍ਹਿਆ ਇਹ ਵੀ ਤੇਰਾ ਦਿੱਤਾ ਰਿਜ਼ਕੇ, ਸਾਰੀ ਤੇਰੀ ਮਿਹਰਬਾਨੀ ਹੈ, ਤੂੰ ਇਹ ਖਾਣੇ ਨਾ ਦਿੰਦਾ ਤਾਂ ਅਸੀਂ ਕਿੱਥੋਂ ਰੋਜ਼ੇ ਖੋਲ੍ਹਦੇ। ਇਹ ਸੁਨਤ ਔਰ ਇੱਕ ਇਮਾਮ ਦਾ ਫਿਰ ਸਾਦਗੀ ਦੁਆ ਬੜੀ ਪਿਆਰੀ, ਉਹ ਵੀ ਯਾਦ ਕਰ ਲੈਣੀ ਚਾਹੀਦੀ ਕਿ ਜਦੋਂ ਮੁੱਖ ਜਾ ਖਾਣਾ ਪੀਣਾ, ਉਸ ਵੇਲੇ ਕਹੋ ਅਲਹਮਦੁਲਿਲਾਹ ਅਲਜ਼ੀ ਆਨਾ ਫਸਵਮਨਾ ਵਰਾਦਕਨਾ ਵਾਫਤਰ, ਉਸ ਅੱਲਾਹ ਦਾ ਸ਼ੁਕਰ ਹੈ ਜਿਹਨੇ ਸਾਡੀ ਮਦਦ ਕੀਤੀ, ਅਸੀਂ ਰੋਜ਼ਾ ਰੱਖ ਸਕੇ ਅਤੇ ਰਿਜ਼ਕ ਦਿੱਤਾ ਅਤੇ ਅਸੀਂ ਉੱਥੇ ਖੋਲ੍ਹਿਆ। ਅੱਲਾਹ ਮੁਤਕਬਲ ਮਿੰਨਾ, ਐ ਅੱਲਾਹ ਇਹ ਰੋਜ਼ਾ ਕਬੂਲ ਕਰੀ, ਵਾ ਇੰਨਾ ਲੈ ਅਤੇ ਅੱਗੇ ਵੀ ਜਿੰਨੇ ਬਾਕੀ ਰੋਜ਼ੇ ਉਹਨਾਂ 'ਚ ਮੇਰੀ ਮਦਦ ਕਰੀ, ਵਸਲਮ ਨਾਫੀ ਹੈ ਔਰ ਇਹਨਾਂ ਰੋਜ਼ਿਆਂ 'ਚ ਮੈਨੂੰ ਤੰਦਰੁਸਤ ਰੱਖੀ, ਤਸੱਲਮ ਮਿੰਨਾ ਫੀ ਯੁਸਰ ਮਿੰਨਕਾ ਵਾਫੀਆ, ਔਰ ਇਹ ਸਾਰੇ ਰੋਜ਼ੇ ਤੰਦਰੁਸਤੀ ਔਰ ਖੈਰ ਨਾਲ ਗੁਜ਼ਰ ਜਾਣ ਅਤੇ ਕਬੂਲ ਕਰੀ। ਅਲਹਮਦੁਲਿਲਾਹ ਅਲਜ਼ੀ ਕਜ਼ਾਨਾ ਯੌਮਨ ਸ਼ਾਰ ਰਮਜ਼ਾਨ, ਸ਼ੁਕਰ ਹੈ ਉਸ ਅੱਲਾਹ ਦਾ ਜਿਹਦੇ ਫਜ਼ਲ ਨਾਲ ਰਮਜ਼ਾਨ ਦਾ ਇੱਕ ਦਿਨ ਗੁਜ਼ਰ ਗਿਆ। ਹਰ ਦਿਨ 'ਤੇ ਦੁਆ ਆਪਣੀ ਜ਼ਬਾਨ 'ਚ ਕਰੋ, ਸ਼ੁਕਰ ਅੱਲਾਹ ਦਾ ਅਦਾ ਕਰੋ ਵੀ ਇਹ ਜੋ ਕੁਛ ਹੋ ਰਿਹਾ ਤੇਰੀ ਮਿਹਰਬਾਨੀ ਹੈ, ਨਾ ਅਸੀਂ ਰੋਜ਼ੇ ਰੱਖਣ ਜੋਗਿਆਂ ਦਾ ਨਾ ਸਾਡੇ ਕੋਲ ਆਪਣਾ ਕੋਈ ਰਿਜ਼ਕ, ਅੱਲਾਹ ਕਬੂਲ ਫਰਮਾਇਆ ਤੰਦਰੁਸਤੀ ਦੇ ਅਤੇ ਮਹੀਨਾ ਖੈਰ ਵਾਫੀਤ ਨਾਲ ਗੁਜ਼ਰ ਜਾਏ।